ਨਮਸਕਾਰ ਸਿਟੀ ਹோம் ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਰਜੇਸ਼ਵਰ ਹਾਂ ਔਰ ਇੱਕ ਨਜ਼ਰ ਪਾਉਣੇ ਆਜ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਤੇ ਕੱਲ ਸੀਡੀਐਸ ਜਨਰਲ ਵਿਪਨਰਾਵਤ ਅਤੇ ਉਹਨਾਂ ਦੀ ਪਤਨੀ ਮਧੂ ਰਿਕਾ ਦਾ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੀ ਦੋਨੋਂ ਬੇਟੀਆਂ ਨੇ ਕ੍ਰਿਤਿਕਾ ਅਤੇ ਤਾਰਨੀ ਨੇ ਉਹਨਾਂ ਨੂੰ ਮੁੱਖ ਅਗਨੀ ਪੇਂਟ ਕੀਤੀ ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਚਾਰ ਹੋਰ ਜਵਾਨਾਂ ਦੀ ਹੋਈ شناخت ਸ਼ਵਾਂ ਨੂੰ ਦਿੱਲੀ ਭੇਜਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਨੇ ਕਿਹਾ ਦਿੱਲੀ ਤੋਂ ਮੋਰਚਾ ਫਤਿਹ ਕਰਕੇ ਘਰ ਵਾਪਸੀ ਕਰ ਰਹੇ ਕਿਸਾਨਾਂ ਦਾ ਪੰਜਾਬ ਸਰਕਾਰ ਕਰੇਗੀ ਸਵਾਗਤ ਕਿਸਾਨਾਂ ਦੀ ਇਕਤਾ ਨੇ ਪ੍ਰਧਾਨ ਮੰਤਰੀ ਨਰਮੋਦੀ ਨੂੰ ਖੇਤੀਕਰੂਣ ਵਾਪਸ ਲੈਣ ਤੇ ਕੀਤਾ ਸੀ ਮਜਬੂਰ ਸ਼ਹੀਦ ਹੋਏ ਕਿਸਾਨਾਂ ਦੇ ਮਾਮਲੇ ਬਾਰੇ ਖੇਤੀ ਮੰਤਰੀ ਨਿੰਦਰ ਤੋਮਰ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸੇ ਵੀ ਕਿਸਾਨ ਦੀ ਮੌਤ ਪੁਲਿਸ ਦੀ ਕਾਰਵਾਈ ਕਰਕੇ ਨਹੀਂ ਹੋਈ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਾ ਮਾਮਲਾ ਪ੍ਰਦੇਸ਼ ਸਰਕਾਰ ਦਾ ਹੈ ਅਤੇ ਰਾਜ ਸਭਾ 'ਚ ਲਿਖ ਕੇ ਇਹ ਜਾਣਕਾਰੀ ਦਿੱਤੀ ਗਈ ਪੰਜਾਬ ਰਾਜ ਬਨ ਰਿਹਾ ਜੰਗਲ ਰਾਜ ਦਿਨ ਦਿਹਾੜੇ ਹੌਜ਼ਰੀ ਫੈਕਟਰੀ ਦੇ ਗੇਟ ਤੇ ਲੋਹੇ ਦੀਆਂ ਰਾਡਾਂ ਅਤੇ ਤੇਜ਼ ਹਥਿਆਰ ਮਾਰ ਕੇ ਮਾਲਕ ਤੋਂ ਲੁੱਟੇ 9.5 ਲੱਖ ਰੁਪਏ ਮੋਟਰਸਾਈਕਲ ਤੇ ਆਏ 6 ਲੁਟੇਰਿਆਂ ਨੇ ਦਿੱਤੀ ਇਸ ਘਟਨਾ ਨੂੰ ਅੰਜਾਮ ਪੁਲਿਸ ਕਰ ਰਹੀ ਹੈ ਇਸ ਘਟਨਾ ਦੀ ਹੁਣ ਜਾਂਚ 2022 ਦੀਆਂ 57 ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪੰਜਾਬ 'ਚ 30 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ ਪਾਰਟੀ ਨੇ ਪੂਰਾ ਮੌਕਾ ਸਿੰਘਰਾ ਤੇ ਖੇលਿਆ ਆਪਣਾ ਦਾਅ ਅਲੱਗ-ਅਲੱਗ ਸਿਆਸੀ ਪਾਰਟੀਆਂ ਤੇ ਆਏ ਦਲ ਬਦਲੂ ਲੀਡਰਾਂ ਨੂੰ ਵੀ ਦਿੱਤੀਆਂ ਗਈਆਂ ਟਿਕਟਾਂ Ludhiana ਦੇ ਹਲਕਾ ਆਤਮਨਗਰ ਅਤੇ ਉਤਰੀ ਹਲਕੇ ਤੋਂ ਪਹਿਲੀ ਵਾਰ ਉਤਰੇਗੀ ਆਮ ਆਦਮੀ ਪਾਰਟੀ ਅਤੇ ਹਜੇ ਵੀ ਬਣਿਆ ਹੋਇਆ ਹੈ ਸੀਐਮ ਚਿਹਰੇ ਦਾ ਸਸਪੈਂਸ विधानसभा चुनाव ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਵੀ ਰਾਗਵ ਚੰਡਾ ਮੋਢ ਦਰایا ਅਵਾਇਦ ਰੇਤ ਮਾਈਨਿੰਗ ਦਾ ਮਾਮਲਾ ਉਹਨਾਂ ਨੇ ਕਿਹਾ ਕਿ ਟੀਐਮਸ਼ਨ ਨੇ ਇਨਵੈਦ ਮਾਈਨਿੰਗ ਤੇ ਤੁਰੰਤ ਕਰੇ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ ਵਿਧਾਨ ਸਭਾ ਹਲਕਾ ਨਾਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮੱਖਣ ਸਿੰਘ ਲਾਲਕਾ ਨੇ ਪਾਰਟੀ ਨੂੰ ਅਲਵਦਾ ਆਖ ਫੜਿਆ ਕਾਂਗਰਸ ਦਾ ਹੱਥ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਰਾਜਾ ਬਟਿੰਗ ਦੀ ਗਵਾਈ ਚ ਲਿਆਏ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਬੇਅਦਬੀ ਮਾਮਲਿਆਂ 'ਚ ਇਨਸਾਫ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਤਰਨਾ ਦੇਣ ਵਾਲੇ ਮੁਲਾਜ਼ਮਾਂ ਨੂੰ ਤਰਨੇਵਾਜ਼ੀ ਬੰਦ ਕਰਨ ਦੀ ਅਪੀਲ ਕਰਦੇ ਹਾਂ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਉਹਨਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਭ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਆਡੇ ਹੱਥੀ ਲੈਂਦੇ ਹੋਏ ਕਿਹਾ ਕਿ ਸੁਖਿੰਦਰ ਸਿੰਘ ਰੰਧਾਵਾ ਤੇ ਰਾਣਾ ਗੁਰਜੀਤ ਸਿੰਘ ਤੇ ਲੱਗੇ ਬਦਲੀਆਂ ਦੇ ਰੋਪਾਂ ਦੀ ਜਾਂਚ ਹੋਵੇ ਨਿਰਪੱਖ ਮਜੀਠੀਆ ਨੇ ਰਾਣਾ ਗੁਰਜੀਤ ਤੇ ਰੰਧਾਵਾ ਤੇ ਲਗਾਏ ਪੁਲਿਸ ਤੋਂ ਰਿਸ਼ਵਤ ਲੈਣ ਦੇ ਰੋਪ ਇਹ ਸਨ ਅੱਜ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਰਜੇਸ਼ਵਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ